आप देख रहे हैं APN वेब न्यूज, हर रोज एक नई खबर के साथ। अपना पंजाब वेब न्यूज, आपका अपना न्यूज चैनल। ਮਾਮਲਾ ਕੀ ਹੈ, ਕਿਹੜਾ ਹੁੱਕਾ ਵਾਰਤ ਫੜਿਆ? ਇਹ ਕੱਲ੍ਹ ਸਾਨੂੰ ਡਿਵੀਜ਼ਨ ਨੰਬਰ 7 ਦੇ ਏਰੀਏ 'ਚ ਫੇਸ 2 ਦੇ ਉੱਤੇ ਬੱਜ ਹੀਟ 7 ਦਾ ਜਿਹੜਾ ਮਾਲਕ ਰਿਤੇਸ਼ ਆ ਉਹਦੇ ਬਾਰੇ ਇਨਫੋਰਮੇਸ਼ਨ ਆਈ ਕਿ ਆਪਣੇ ਕੈਂਪਸ ਦੇ ਵਿੱਚ ਜਿਹੜਾ ਇਹ ਹੁੱਕਾਬਾਰ ਜਿਹੜਾ ਇਹ ਚਲਾ ਰਿਹਾ ਵਾ, ਜਿੱਥੇ ਕਿ ਇਮੀਜੀਏਟਲੀ ਉੱਥੇ ਜਾ ਕੇ ਰੇਡ ਕੀਤਾ। ਰੇਡ ਕਰਨ 'ਤੇ ਆਪਾਂ ਨੂੰ ਜਿਹੜੇ 14 ਬੰਦੇ ਜਿਹੜੇ ਉੱਥੋਂ ਆਪਾਂ ਗ੍ਰਿਫਤਾਰ ਕੀਤੇ ਆ, ਉਹਨਾਂ ਦੇ ਖਿਲਾਫ ਅਸੀਂ 21 ਟਬੈਕੋ ਐਂਡ ਸਿਗਰਟ ਪ੍ਰੀਵੈਂਸ਼ਨ ਪ੍ਰੋਹਿਬਿਸ਼ਨ ਜਿਹੜਾ ਐਕਟ ਅਧੀਨ ਜਿਹੜੀ ਇਹ FIR ਲੌਂਚ ਕੀਤੀ, ਪਲੱਸ ਇਹਨਾਂ ਹੀ ਹੋਰ ਅਡੀਸ਼ਨਲ ਐਕਟ ਜਿਹੜੇ ਸੈਕਸ਼ਨ ਲਾਏ ਨੇ, ਉਹ ਹੈ 3 ਐਪੀਡੈਮਿਕ ਡਿਜ਼ੀਜ਼ ਐਕਟ, 51 ਡਿਜ਼ਾਸਟਰ ਮੈਨੇਜਮੈਂਟ ਐਕਟ, ਕਿਉਂਕਿ ਇਹ ਸਾਰੇ ਹੀ ਬੰਦੇ ਬਿਨਾਂ ਮਾਸਕ ਬਿਨਾਂ ਉਹਦੇ ਸਾਰਾ ਕੁਛ ਕਰਦੇ ਸੀਗੇ। ਸੋ ਇਹਨਾਂ 'ਤੇ ਅਸੀਂ ਇਹ ਜਿਹੜਾ ਬਿਲਕੁਲ ਸਖਤ ਐਕਸ਼ਨ ਲਿੱਤਾ, ਲੈ ਕੇ ਅਸੀਂ ਇਹਨਾਂ 'ਤੇ FIR ਦਰਜ ਕਰਕੇ ਅਤੇ ਹੁਣ ਜਿਹੜੀ ਇਹਨਾਂ 'ਤੇ ਜਿਹੜੀ ਤਫਤੀਸ਼ ਚੱਲਦੀ ਹੈ। ਅਤੇ ਸਰ ਗੱਲ ਕਰੀਏ, ਐਵੇਂ ਇੱਕ ਪਾਸੋਂ ਸਰਕਾਰ ਨੇ ਕਿਹਾ 5 ਬੰਦਿਆਂ ਤੋਂ ਜ਼ਿਆਦਾ ਨਹੀਂ ਖੱਟ ਸਕਦੇ ਹੈਗੇ, ਭਾਵੇਂ ਹੋਟਲ ਹੋਣ ਭਾਵੇਂ ਕੁਛ ਵੀ, ਅਤੇ ਉੱਥੇ 14 ਬੰਦੇ ਬਣਾਏ ਸੀ, ਅਤੇ ਅੱਜ ਕਿਉਂ ਪਤਾ ਲੱਗਿਆ? ਪਹਿਲੇ ਨਹੀਂ ਪਤਾ ਸੀ ਇਸ ਬਾਰੇ? ਦੇਖੋ ਇਹਦੇ ਵਿੱਚ, ਦੇਖੋ ਬੰਦੇ ਆ ਕੇ ਇਕੱਠੇ ਜਦੋਂ ਇਹਨੂੰ ਪਤਾ ਲੱਗਾ ਇਮੀਡੀਏਟਲੀ ਰਸ਼ ਕੀਤਾ, ਆਪਣਾ ਜਿਹੜੇ 5 ਤੋਂ ਜ਼ਿਆਦਾ ਬੰਦੇ ਇਕੱਠੇ ਉਹਦਾ ਵੀ ਆਪਾਂ 188 ਜਿਹੜੀ ਸੈਕਸ਼ਨ ਉਹ ਵੀ ਨਾਲ ਲਗਾਈ ਹੈ। ਅਤੇ ਸਰ ਸਮਾਨ ਵੀ ਫੜਿਆ ਗਿਆ ਹੁੱਕਾ ਦਾ? ਹਾਂ, ਉਹ ਤਾਂ ਸਰ ਰਿਕਵਰੀ ਉੱਥੋਂ ਹੋਈ ਮੌਕੇ ਤੋਂ ਸਰ। ਸਰ ਕਿੰਨੇ ਟੋਟਲ ਜਾਣੇ ਫੜੇ ਗਏ? ਟੋਟਲ ਆਪਾਂ 14 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਇਸ ਕੇਸ ਦੇ ਵਿੱਚ।